ਜਿਹਨੂੰ ਮੰਤਰੀ ਨੇ ਲਾਗੂ ਨਹੀਂ ਹੋਣ ਦਿੱਤਾ। ਇੱਕ ਵੀ ਪਿੰਡ ਦੇ ਵਿੱਚੋਂ ਕੋਈ ਵੀ ਸਾਡਾ ਮੁਲਾਜ਼ਮ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਪੱਕਾ ਕੀਤਾ ਗਿਆ। ਪਰ ਇਹ ਪਹਿਲੀ ਵਾਰੀ ਹੋਇਆ ਭਾਈ ਪਿਛਲੇ 10 ਸਾਲ ਤੋਂ 5 ਸਾਲ ਪਿਛਲੀ ਸਰਕਾਰ ਦੇ ਲਵ ਤੇ 5 ਸਾਲ ਚੱਲੀ ਦੀ ਸਰਕਾਰ ਦੇ ਇੱਕ ਵੀ ਮੁਲਾਜ਼ਮ ਜਿਹੜਾ ਪੱਕਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਇਹ ਪਹਿਲੀ ਸਰਕਾਰ ਹੈ ਜਿਹਨੇ ਧਿਆਨ ਰੱਖੇ ਤੁਹਾਡੇ ਪੇਂਡੂ ਪੱਤਾ, ਤੁਹਾਡਾ ਹੈਂਡੀਕੈਪ ਪੱਤਾ, ਤੁਹਾਡਾ ਫਿਕਸ ਟ੍ਰੈਵਲਿੰਗ ਅਲਾਊਂਸ, ਤੁਹਾਡਾ ਪੈਟਰੋਲ ਪੱਤਾ। ਮੈਂ ਨਾ ਵੀ ਇੰਨੇ ਲੈ ਸਕਦਾ, ਇੰਨੇ ਪੱਤੇ ਤੁਹਾਡੇ ਕੱਟ ਦਿੱਤੇ ਗਏ ਆ। ਸਰਕਾਰਾਂ ਜਾਣ ਲੱਗੀਆਂ ਆ, ਪੱਤੇ ਦੇ ਕੇ ਜਾਂਦੀਆਂ ਨੇ। ਪਰ ਇਹ ਪਹਿਲੀ ਸਰਕਾਰ ਹੈ ਜਿਹਨੇ ਤੁਹਾਡੇ ਪੱਤਿਆਂ ਦੇ ਉੱਤੇ ਬਿਲਕੁਲ ਜਿਹੜੀ ਹੈ ਉਹ ਕਟੌਤੀ ਕੀਤੀ ਹੈ। ਤੇ ਜਦੋਂ ਅਸੀਂ ਨਾਰੇ ਮਾਰਦੇ ਹਾਂ ਭਾਈ ਮੰਗ ਮੰਗ ਕੇ ਵੇਖ ਲਿਆ, ਹੁਣ ਜ਼ੋਰ ਜਮਾ ਕੇ ਵੇਖਾਂਗੇ। ਆਹ ਆ ਗਿਆ ਉਹ ਸਮਾਂ ਦੋਸਤੋ, ਜ਼ੋਰ ਜਮਾਉਣ ਦਾ ਸਮਾਂ ਆ ਗਿਆ। ਪਰ ਮੈਂ ਅੱਜ ਵੇਖ ਰਿਹਾ ਸੀ ਕੱਲੀ ਕੱਲੀ ਸੜਕ ਦੇ ਉੱਤੇ ਜਦੋਂ ਤੁਹਾਡੇ ਆਗੂ ਨਾਰੇ ਮਾਰਦੇ ਸੀ, ਗਲੀਆਂ ਦੇ ਵਿੱਚ ਖੜੇ ਹੋਏ ਲੋਕ ਪੁਰਾਣੀ ਪੈਨਸ਼ਨ ਬਹਾਲ ਹੋਈ ਹੈ। ਦੋਸਤੋ ਸਾਨੂੰ ਲੜਾਈ ਦੇ ਮੈਦਾਨ ਦੇ ਵਿੱਚ ਅਗਲੇ ਸਾਲਾਂ ਦੇ ਵਿੱਚ ਵੀ ਡਟੇ ਰਹਿਣਾ ਪੈਣਾ ਹੈ। ਇਸ ਲਈ ਮੈਂ ਜਿੱਥੇ ਤੁਹਾਨੂੰ ਬੇਨਤੀ ਕਰਦਾ, ਅੱਜ ਦੇ ਇਸ ਛੋਟੇ ਜਿਹੇ ਸੱਤੇ ਤੇ ਹਜ਼ਾਰਾਂ ਦੀ ਗਿਣਤੀ ਤੁਸੀਂ ਆਏ ਹੋ, 16 ਤਰੀਕ ਨੂੰ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਇਸੇ ਤਰ੍ਹਾਂ ਦਾ ਬਹੁਤ ਵੱਡਾ ਪ੍ਰੋਟੈਸਟ ਹੈ ਜਿਹੜਾ ਉਹ ਸਾਡੇ ਮਾਝੇ ਭਾਵਾਂ ਦੇ ਨਾਲ ਜੋਬਰ ਜਿਹੜੇ ਸਾਥੀ ਹੈ ਵੱਡੀ ਗਿਣਤੀ ਚ ਕਰ ਰਹੇ ਹੈ। ਸੋ ਮੈਂ ਤੁਹਾਨੂੰ ਬੇਨਤੀ ਕਰਦਾ, ਡਟੇ ਰਹੋ, ਲੜਾਈ ਦੇ ਬਿਨਾਂ ਡਟੇ ਰਹੋ। ਜਿੱਤ ਤੁਹਾਡੀ ਹੋਊਗੀ ਮੈਂ ਨਾਰੇ ਲਾਉਂਗਾ, ਹੋਰ ਬਾਹਰ ਖੜੀਆਂ ਕਰਕੇ ਨਾਰੇ ਲਾਉਣੇ ਆ। ਕਿੰਨੀ ਸਰਕਾਰ ਹੈ ਹਾਏ ਹਾਏ।